ਡਿਸਕਸ ਕਰ ਰਹੇ ਹਾਂ ਅੱਜ ਦਾ ਸਾਡਾ ਕੁਐਸਚਨ ਹੈ ਤੋ ਜੋ ਪੇਪਰ ਦੇ ਵਿੱਚ ਆਇਆ ਹੈ ਬੜੇ ਫਿਜ਼ਿਕਸ ਦੇ ਪੇਪਰ ਦੇ ਵਿੱਚ ਇੱਕ ਆਬਜੈਕਟਿਵ ਕੁਐਸਚਨ ਬੜਾ ਸਿੰਪਲ ਅਸੀਂ ਕਾਸਟ ਵੀ ਡਿਸਕਸ ਕਰਦੇ ਹਾਂ ਇਹਦੇ ਵਿੱਚ ਅਸੀਂ ਮੈਰਾਟੀਪੀਡ ਐਟ ਦਾ ਸੈਂਟਰ ਕਰਨਾ ਚਾਹੁੰਦੇ ਹਾਂ ਇਸ ਨੈਟਵਰਕ ਦਾ ਤੋ ਸਭ ਤੋਂ ਪਹਿਲਾਂ ਬੜੇ ਜੀ ਇਸ ਫਿਗਰ ਦੇ ਵਿੱਚ ਸਾਡੇ ਕੋਲ ਦੋ ਕੰਡਕਟਰਸ ਐਂਡ ਇੱਕ ਪੂਰਾ ਸਰਕਲ ਹੈ ਜਿਸ ਦੇ ਵਿੱਚ ਉਹ ਕਰੰਟ ਟਾਈਮ ਫਲੋ ਕਰ ਰਿਹਾ ਤੋ ਰਾਈਟ ਹੈਂਡ ਥੰਬ ਰੂਲ ਕਹਿੰਦਾ ਹੈ ਕਿ ਜਦੋਂ ਇਸ ਦੇ ਵਿੱਚ ਕਰੰਟ ਫਲੋ ਕਰੇਗਾ ਦੈਨ ਵਟ ਵਿਲ ਹੈਪਨ ਮੈਗਨੈਟਿਕ ਫੀਲਡ ਇਸ ਦਿਸ ਪੁਆਇੰਟ ਵਿਲ ਬੀ ਆਊਟਸਾਈਡ ਇਸਦੇ ਕਾਰਨ ਮੈਗਨੈਟਿਕ ਫੀਲਡ ਇੱਥੇ ਆਊਟਸਾਈਡ ਹੋਏਗਾ ਸਿਮਿਲਰਲੀ ਇਸਦੇ ਕਾਰਨ ਵੀ ਮੈਗਨੈਟਿਕ ਫੀਲਡ ਆਊਟਸਾਈਡ ਹੋਏਗਾ ਬਟ ਜੋ ਸਰਕਲ ਸਰਕੂਲਰ ਕੋਇਲ ਹੈ ਉਹਦੇ ਕਾਰਨ ਮੈਗਨੈਟਿਕ ਫੀਲਡ ਇਨਸਾਈਡ ਹੋਏਗਾ ਤੋ ਜਿਹੜਾ ਸਾਡਾ ਨੈਟ ਮੈਗਨੈਟਿਕ ਫੀਲਡ ਹੈ ਇਟ ਇਜ਼ ਇਕੁਅਲ ਟੂ ਮੰਨ ਲਓ ਬੀ ਵਨ ਇਜ਼ ਦਾ ਮੈਗਨੈਟਿਕ ਫੀਲਡ ਡਿਊ ਟੂ ਦਿਸ ਕੰਡਕਟਰ ਦੈਨ ਬੀ ਟੂ ਇਜ਼ ਮੈਗਨੈਟਿਕ ਫੀਲਡ ਡਿਊ ਟੂ ਦਿਸ ਕੰਡਕਟਰ ਸੇਮ ਡਾਇਰੈਕਸ਼ਨ ਚ ਐਡ ਹੋ ਜਾਣਗੇ ਔਰ ਜੋ ਸਰਕਲ ਦਾ ਹੈ ਉਸਨੂੰ ਅਸੀਂ ਕਨਵੈਨਸ਼ਨਲੀ ਨੈਗੇਟਿਵ ਲੈਣਾ ਹੈ ਤੋ ਸਾਡੇ ਕੋਲ ਮੈਗਨੈਟਿਕ ਫੀਲਡ ਜਿਹੜਾ ਹੈ ਉਹ ਬੀ ਵਨ ਪਲੱਸ ਬੀ ਟੂ ਮਾਈਨਸ ਦਿਸ ਵਨ ਅਗਰ ਆਊਟਸਾਈਡ ਆਏਗਾ ਰਿਜ਼ਲਟ ਤੋ ਅਸੀਂ ਇਸਨੂੰ ਪੋਜ਼ਿਟਿਵ ਕਹਿੰਦੇ ਅਗਰ ਇਨਸਾਈਡ ਆਏਗਾ ਤਾਂ ਨੈਗੇਟਿਵ ਕਹਿੰਦੇ ਹਾਂ ਤੋ ਸਾਡੇ ਕੋਲ ਕਨਵੈਨਸ਼ਨ ਹੈ ਅਸੀਂ ਦੋਨਾਂ ਨੂੰ ਇਹਦੇ ਵਿੱਚੋਂ ਵੀ ਮਾਈਨਸ ਕਰਤਾ ਲੈਂਦੇ ਹਾਂ ਤੇ ਇਹਨਾਂ ਨੂੰ ਪਲੱਸ ਕਰਕੇ ਇਹਦੇ ਵਿੱਚੋਂ ਮਾਈਨਸ ਕਰਤਾ ਤੋ ਵਟ ਹੈਪਨਸ ਤੋ ਮੈਗਨੈਟਿਕ ਫੀਲਡ ਬੀ ਵਨ ਕੀ ਹੋਏਗਾ ਦਿਸ ਪੁਆਇੰਟ ਲਾਈਜ ਐਟ ਦ ਐਂਡ ਆਫ ਦਿਸ ਕੰਡਕਟਰ ਤੋ ਮੈਗਨੈਟਿਕ ਫੀਲਡ ਆਏਗਾ ਜੀ ਮਿਊ ਨੋਟ ਆਈ ਡਿਵਾਈਡਿਡ ਬਾਈ 4 ਪਾਈ ਆਰ ਸਿਮਿਲਰਲੀ ਇਸਦੇ ਕਾਰਨ ਮੈਗਨੈਟਿਕ ਫੀਲਡ ਵੀ ਕਿੰਨਾ ਆਏਗਾ ਮਿਊ ਨੋਟ ਆਈ ਡਿਵਾਈਡਿਡ ਬਾਈ 4 ਪਾਈ ਆਰ ਮਾਈਨਸ ਮਿਊ ਨੋਟ ਆਈ ਅਪੋਨ 2 ਆਰ ਦੈਟ ਇਜ਼ ਡਿਊ ਟੂ ਸਰਕੂਲਰ ਕੋਇਲ ਸੋ ਵੈਰੀ ਸਿੰਪਲ ਜਦੋਂ ਤੁਸੀਂ ਇਸਨੂੰ ਸੋਲਵ ਕਰੋਗੇ ਯੂ ਵਿਲ ਗੈਟ ਦੈਟ ਰਿਜ਼ਲਟ ਸੋ ਦਿਸ ਇਜ਼ ਮਿਊ ਨੋਟ ਆਈ ਡਿਵਾਈਡਿਡ ਬਾਈ ਮਿਊ ਨੋਟ ਆਈ ਬਾਈ 4 ਪਾਈ ਆਰ ਪਲੱਸ ਮਿਊ ਨੋਟ ਆਈ ਬਾਈ 4 ਪਾਈ ਆਰ ਇਟ ਵਿਲ ਬੀ 2 ਪਾਈ ਆਰ ਤੁਸੀਂ 2 ਪਾਈ ਆਰ ਨੂੰ ਕਾਮਨ ਕਰ ਸਕਦੇ ਹੋ So we are taking this 2 pi, 2 r common, it will be 1 by pi, this is minus 1. So that will be D option. So humari ye D option ban jayegi is question ki, very simple question from Biot-Savart law. Thank you.